ਲੁਧਿਆਣਾ ਦੇ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਯਕੀਨੀ ਬਣਾਉਣ ਲਈ ਥਾਂ ਥਾਂ ਉੱਤੇ ਮੁਫ਼ਤ ਬੁਖਾਰ ਚੈੱਕਅਪ ਅਤੇ ਸੈਂਪਲਿੰਗ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵਿਸ਼ੇਸ਼ ਮੁਹਿੰਮ 21 ਦਿਨ ਭਾਵ 3 ਹਫ਼ਤੇ ਚੱਲੇਗੀ, ਜਿਸ ਦੌਰਾਨ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਕੇ ਪੀੜਿਤ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ ਕੈਂਪ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਥਾਨਕ ESI ਹਸਪਤਾਲ ਵਿਖੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਪੀਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਕੇ ਪੀੜਿਤ ਮਰੀਜ਼ਾਂ ਨੂੰ ਸ਼ਨਾਖਤ ਕੀਤਾ ਜਾਵੇ। ਇਸ ਬਿਮਾਰੀ ਉੱਤੇ ਕਾਬੂ ਪਾਉਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ 5000 ਤੋਂ ਵਧੇਰੇ ਸੈਂਪਲ ਰੋਜ਼ਾਨਾ ਟੈਸਟ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅਜਿਹੇ ਕੈਂਪਾਂ ਵਿੱਚ 30 ਸਾਲ ਤੋਂ ਵਧੇਰੇ ਉਮਰ ਦੇ ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਨੂੰ ਕੋਈ ਪਹਿਲਾਂ ਹੀ ਬਿਮਾਰੀ ਹੈ। ਇਸ ਤੋਂ ਇਲਾਵਾ 40 ਸਾਲ ਤੋਂ ਵੱਧ ਉਮਰ ਦਾ ਹੋਰ ਕੋਈ ਵਿਅਕਤੀ ਆਪਣੀ ਜਾਂਚ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਰੋਜ਼ਾਨਾ ਜਗ੍ਹਾ ਬਦਲ ਕੇ ਲਗਾਏ ਜਾਣਗੇ ਤਾਂ ਜੋ ਇਹਨਾਂ 21 ਦਿਨਾਂ ਵਿੱਚ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕੀਤਾ ਜਾ ਸਕੇ। ਸਰ, ਅੱਜ ਇੱਥੇ ਆਉਣ ਦਾ ਪਰਪਸ? ਪੰਜਾਬ ਸਰਕਾਰ ਨੇ ਮਿਸ਼ਨ ਫਤਿਹ ਦੇ ਤਹਿਤ ਇਸ ਗੱਲ ਦਾ ਬੀੜਾ ਚੁੱਕਿਆ ਹੋਇਆ ਹੈ ਕਿ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਜਾਗਰੂਕ ਕਰਨਾ ਸਿਹਤ ਪ੍ਰਤੀ, ਕੋਵਿਡ ਪ੍ਰਤੀ, ਅਤੇ ਉਹਨਾਂ ਨੂੰ ਇਹ ਦੱਸਣਾ ਕਿ ਅਹਤਿਆਤ ਕਿਵੇਂ ਵਰਤਿਆ ਜਾਣਾ। ਇਸੇ ਲੜੀ ਦੇ ਵਿੱਚ ਜਿਹੜਾ ਹੈਗਾ, ਜਿਹੜੀਆਂ ਮੌਤਾਂ ਦੀ ਸੰਖਿਆ ਘਟਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਕਿ ਕੋਵਿਡ ਸੰਬੰਧੀ ਖਤਰਾ ਜ਼ਿਆਦਾ ਹੈਗਾ ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਹੈ ਜਲਦੀ ਕੀਤੀ ਜਾਵੇ। ਇਹਦੇ ਲਈ ਲੁਧਿਆਣੇ ਜ਼ਿਲ੍ਹੇ ਦੇ ਵਿੱਚ 30 ਜਾਂ 30 ਤੋਂ ਵੱਧ ਉਮਰ ਦੇ ਉਹ ਲੋਕ ਜਿਨ੍ਹਾਂ 'ਚ ਕੋਮੋਰਬਿਡ ਕੰਡੀਸ਼ਨਸ ਨੇ, ਭਾਵ ਕਿ ਜਿਨ੍ਹਾਂ ਨੂੰ ਕੋਈ ਹੋਰ ਗੰਭੀਰ ਬਿਮਾਰੀ ਜਿਵੇਂ ਕਿ ਕਿਡਨੀਆਂ ਦੀ, ਕੈਂਸਰ ਦੀ, ਜਾਂ ਸ਼ੂਗਰ ਦੀਆਂ, ਜਾਂ ਹਾਈ ਬੀ ਪੀ ਦੀਆਂ ਕੋਈ ਅਲਾਮਤਾਂ ਨੇ, ਜਾਂ ਕੋਈ ਐਸੇ ਰੀਜ਼ਨ ਨੇ ਜਿਨ੍ਹਾਂ ਕਰਕੇ ਕਿ ਉਹ ਪ੍ਰੀਡਿਸਪੋਜ਼ਡ ਨੇ, ਜ਼ਿਆਦਾ ਖਤਰਾ ਉਹਨਾਂ ਨੂੰ, ਉਹਨਾਂ ਦੀ ਟੈਸਟਿੰਗ ਦੀ ਅਸੀਂ ਵਿਸ਼ੇਸ਼ ਮੁਹਿੰਮ ਚਲਾਈਏ। ਇਸ ਤੋਂ ਇਲਾਵਾ 40 ਤੋਂ ਵੱਧ ਉਮਰ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਵੀ ਅਸੀਂ ਹਾਇਰ ਏਜ ਗਰੁੱਪ ਅਤੇ ਹਾਇਰ ਰਿਸਕ ਗਰੁੱਪ ਲੈਂਦੇ ਹੋਏ ਉਹਨਾਂ ਦਾ ਵੀ ਅੱਜ ਵਲੰਟਰੀ ਜਿਹੜਾ ਹੈਗਾ ਟੈਸਟ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ। ਔਰ ਇਸ ਦੇ ਲਈ ਸਾਡੀ ਜਿਹੜੀ ਸੈਂਪਲਿੰਗ ਟੀਮ ਹੈ ਪਹਿਲਾਂ ਵੀ ਹਰ ਰੋਜ਼ 5,000-5,500 ਐਵਰੇਜ ਟੈਸਟ ਕਰ ਰਹੀ ਹੈ, ਬਟ ਅੱਜ ਜਿਹੜੀ ਇਹ ਫੋਕਸਡ ਅਪਰੋਚ ਹੈਗੀ ਹੈ ਇਹਦੇ ਮੈਨੂੰ ਲੱਗਦਾ ਅੱਛੇ ਨਤੀਜੇ ਆਉਣਗੇ। ਔਰ ਇਹ ਲੋਕ ਜਿਹੜੇ ਕਿ ਜ਼ਿਆਦਾ ਜਿਨ੍ਹਾਂ ਨੂੰ ਖਤਰਾ ਹੈ ਨੁਕਸਾਨ ਪਹੁੰਚਣ ਦਾ ਕੋਵਿਡ ਦੇ ਨਾਲ, ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਸੈਪਰੇਟ ਆਊਟ ਕਰਕੇ ਇਹਨਾਂ ਦਾ ਪਹਿਲਾਂ ਅਸੀਂ ਧਿਆਨ ਕਰਾਂਗੇ ਤਾਂ ਇਹਨਾਂ ਦੀ ਜਾਨ ਬਚਾਉਣ 'ਚ ਅਸੀਂ ਕਾਮਯਾਬ ਹੋਵਾਂਗੇ। ਮੇਰੀ ਸਾਰਾ ਲੁਧਿਆਣਾ ਦੇ ਸੂਝਵਾਨ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਟੀਮ ਉਹਨਾਂ ਨੂੰ ਅਪਰੋਚ ਕਰਦੀ ਹੈ ਜਾਂ ਆਪ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਕੋਮੋਰਬਿਡ ਕੰਡੀਸ਼ਨ ਹੈ ਤਾਂ ਨੇੜੇ ਦਾ ਸਾਡਾ ਜਿਹੜਾ ਸੈਂਟਰ ਹੈ ਉੱਥੇ ਜਾ ਕੇ ਆਪਦੀ ਟੈਸਟਿੰਗ ਜ਼ਰੂਰ ਕਰਾਉਣ। ਸਰ, ਲੁਧਿਆਣੇ 'ਚ ਜਿਵੇਂ ਮੌਤਾਂ 500 ਦੇ ਕਰੀਬ ਹੋ ਗਈਆਂ, ਡੈਥ ਰੇਟ ਜਿਹੜਾ ਹੈ ਕਾਫੀ ਕਹਿ ਸਕਦੇ ਹਾਂ ਵੀ ਰਿਕਵਰੀ ਤਾਂ ਹੋ ਰਹੀ ਹੈ ਪਰ ਡੈਥ ਰੇਟ ਵੀ ਕਾਫੀ ਜਿਹੜਾ ਹੈ ਵੱਧ ਹੈ। ਦੇਖੋ, ਸਾਡਾ ਰਿਕਵਰੀ ਰੇਟ 80% ਤੋਂ ਵੱਧ ਹੈ। ਇਸ ਦੀ ਆਵਾਜ਼ ਜਾ ਰਹੀ ਹੋਣੀ ਹੈ ਸਰਕਾਰ ਨੂੰ, ਫੇਰ ਕਰਦੇ ਹਾਂ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।